ਲੁਧਿਆਣਾ ਸਥਿਤ ਗਿੱਲ ਚੌਂਕ ਪੈਟਰੋਲ ਪੰਪ ਦੇ ਮਾਲਕਾਂ ਵੱਲੋਂ ਕੀਤੇ ਜਾ ਰਹੇ ਨਜਾਇਜ਼ ਕਬਜ਼ੇ ਨੂੰ ਲੈ ਕੇ ਕਾਰਪੋਰੇਸ਼ਨ ਵੱਲੋਂ ਕਾਰਵਾਈ ਕੀਤੀ ਗਈ। ਇਸ ਦੀ ਜਾਣਕਾਰੀ ਦਿੰਦਿਆਂ ਲਿਪ ਦੇ ਯੂਥ ਪ੍ਰਧਾਨ ਰਿੰਕੂ ਗਾਂਧੀ ਨੇ ਦੱਸਿਆ ਕਿ ਪਹਿਲਾਂ ਵੀ ਪੰਪ ਮਾਲਕਾਂ ਵੱਲੋਂ ਕੀਤੇ ਜਾ ਰਹੇ ਨਜਾਇਜ਼ ਕਬਜ਼ੇ ਨੂੰ ਰੁਕਵਾਇਆ ਗਿਆ ਸੀ, ਪਰ ਅੱਜ ਇਹ ਫਿਰ ਹਰਕਤ ਵਿੱਚ ਆਏ ਤਾਂ ਅਸੀਂ ਕਾਰਪੋਰੇਸ਼ਨ ਦੀ ਮਦਦ ਨਾਲ ਹੋ ਰਹੇ ਨਜਾਇਜ਼ ਕਬਜ਼ੇ ਨੂੰ ਰੁਕਵਾਇਆ। ਅੱਜ ਅਸੀਂ ਇੱਥੇ ਇਕੱਠੇ ਹੋਏ ਸੀਗੇ, ਆਹਨਾ ਨਜਾਇਜ਼ ਕਬਜ਼ਾ ਕੀਤਾ ਸੀ ਇਹਨਾਂ ਨੇ ਭਾਰਤ ਪੈਟਰੋਲੀਅਮ ਦੇ ਮਾਲਕ ਗਿੱਲ ਚੌਂਕ ਤੋਂ, ਜਿਹੜੇ ਇਹਨਾਂ ਦਾ ਨਾਮ ਬੋਬੀ ਛਾਬੜਾ। ਗਲੀ ਦੇ ਉੱਤੇ ਨਜਾਇਜ਼ ਕਬਜ਼ਾ ਕਾਫੀ ਚਿਰ ਤੋਂ ਕੀਤਾ ਸੀ, ਹੁਣੇ ਹੌਲੀ ਹੌਲੀ ਇਹ ਬਿਲਡਿੰਗ ਬਣਾ ਖੜੀ ਕਰਨ ਲੱਗੇ ਸੀ। ਮੈਂ ਰਿਕੁਐਸਟ ਪਾਈ ਸੀ ਕਾਰਪੋਰੇਸ਼ਨ ਮਿਨਿਸਟਰ ਜਨਰਲ ਕਮਿਸ਼ਨਰ ਨੂੰ, ਉਹਨਾਂ ਨੇ ਆ ਕੇ ਇਹਨਾਂ 2 ਮਹੀਨੇ ਪਹਿਲੇ ਕੰਮ ਰੁਕਵਾਤਾ ਸੀਗਾ, ਦੁਬਾਰਾ ਫਿਰ ਇਹਨਾਂ ਨੇ 2 ਮਹੀਨੇ ਬਾਅਦ ਚੋਰੀ ਛਿਪੇ ਕੰਮ ਸ਼ੁਰੂ ਕੀਤਾ। ਅਤੇ ਅਸੀਂ ਜਦੋਂ ਆਏ ਇਹਨਾਂ ਦੀ ਬਹੁਤ ਹੀ ਘਟੀਆ ਲੈਂਗੁਏਜ ਦੇ ਬਹੁਤ ਹੀ ਗਲਤ ਬੋਲੇ ਸਾਨੂੰ, ਮਤਲਬ ਧੌਸ ਦੱਸਦੇ ਪਏ, ਪੈਸੇ ਦੀ ਧੌਸ ਦੱਸਦੇ ਸੀ। ਕਹਿੰਦੇ ਜੋ ਕਰਨਾ ਕਰ ਲਓ, ਸਾਡੇ ਕੋਲ ਇਹ ਆ ਰਜਿਸਟਰੀ ਆ ਸਾਰਾ ਕੁਛ। ਜੇ ਇਹਨਾਂ ਕੋਲ ਕੁਛ ਹੁੰਦਾ ਤਾਂ ਅੱਜ ਜਨਰਲ ਕਮਿਸ਼ਨਰ ਆਏ ਸੀ, ਉਹਨਾਂ ਨੂੰ ਦੱਸਦੇ ਕਿ ਹੋਣੀ ਸਾਹਮਣੇ ਤੋੜਿਆ ਉਹਨਾਂ ਨੇ ਆ ਕੇ। ਇਸ ਕਰਕੇ ਸਾਰਿਆਂ ਨੂੰ ਇਹ ਰਿਕੁਐਸਟ ਆ ਕਿ ਮਤਲਬ ਕਿਸੇ ਵੀ ਨਜਾਇਜ਼ ਹੁੰਦਾ ਹੋਵੇ ਉਹ ਰੋਕੋ, ਅਸੀਂ ਨਾ ਨਜਾਇਜ਼ ਹੋਣ ਦੇਵਾਂਗੇ ਨਾ ਹੀ ਕਰਨ ਦੇਵਾਂਗੇ। ਬਿਊਰੋ ਰਿਪੋਰਟ, KDT ਨਿਊਜ਼, ਲੁਧਿਆਣਾ।